ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟੀਵੀ ਅਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। 2022 ਦੀ ਵਿਧਾਨ ਸਭਾ ਦਾ ਚੋਣ ਦੰਗਲ ਭੱਕ ਚੁੱਕਿਆ ਹੈ। ਉੱਥੇ ਹੀ ਪੰਜਾਬ ਦੇ ਵਿੱਚ ਹੁਣ ਸਿਆਸੀ ਪਾਰਟੀਆਂ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਦਿਖਾਈ ਜਾ ਰਹੀ ਹੈ। ਚੋਣ ਕਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਵਾਰੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੋਣ ਕਮਿਸ਼ਨ ਕਾਫ਼ੀ ਸਖ਼ਤ ਦਿਖਾਈ ਦੇ ਰਿਹਾ। ਉਹਨਾਂ ਵੱਲੋਂ 15 ਤਰੀਕ ਤੱਕ ਤਾਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਵੱਡੀਆਂ ਚੋਣ ਸਭਾਵਾਂ, ਚੋਣ ਰੈਲੀਆਂ ਜਾਂ ਰੋਡ ਸ਼ੋਅ ਨਹੀਂ ਕੀਤੇ ਜਾ ਸਕਦੇ, ਉਹਨਾਂ 'ਤੇ ਸਖ਼ਤ ਪਾਬੰਦੀ ਹੈ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸਿਆਸੀ ਪਾਰਟੀਆਂ ਦੀ ਤਾਂ ਸਿਆਸੀ ਪਾਰਟੀਆਂ ਦੇ ਲਈ ਹੁਣ ਕਾਫ਼ੀ ਜ਼ਿਆਦਾ ਮੁਸ਼ਕਲ ਦਿਖਾਈ ਦੇ ਰਹੀ ਹੈ, ਕਿਉਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਪਾਲਣਾ ਵੀ ਕਰਨੀ ਜ਼ਰੂਰੀ ਹੈ। ਉੱਥੇ ਹੀ ਲੋਕਾਂ ਦੇ ਵਿੱਚ ਵੀ ਵਿਚਰਨਾ ਹੈ, ਪਰੰਤੂ ਹੁਣ ਸਿਆਸੀ ਪਾਰਟੀਆਂ ਵੱਲੋਂ ਕਿਸ ਤਰ੍ਹਾਂ ਲੋਕਾਂ ਨੂੰ ਲਭਾਇਆ ਜਾਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇਕਰ ਗੱਲ ਕੀਤੀ ਜਾਵੇ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਤਾਂ ਕਾਫ਼ੀ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਵਿਚਰ ਰਹੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਵੱਲੋਂ ਖੁਦ ਵੱਲੋਂ ਮੋਰਚਾ ਸੰਭਾਲਿਆ ਗਿਆ। ਉਹਨਾਂ ਵੱਲੋਂ ਪੰਜਾਬੀਆਂ ਨੂੰ ਵੱਡੀਆਂ ਵੱਡੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਸਨ। ਉਹਨਾਂ ਵੱਲੋਂ ਖੁਦ ਚੋਣ ਮੈਦਾਨ ਨੂੰ ਭਖਾਇਆ ਜਾ ਰਿਹਾ। ਉੱਥੇ ਹੀ ਅੱਜ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਲਕੁਲ ਨੇੜੇ ਵਾਲੇ ਸ਼ਹਿਰ ਖਰੜ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ। ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਪਾਰਟੀ ਝਾੜੂ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਉੱਥੇ ਹੀ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਖੁਦ ਵੱਲੋਂ ਮੋਰਚਾ ਸੰਭਾਲਿਆ ਗਿਆ, ਪਰੰਤੂ ਇਸ 'ਤੇ ਹੁਣ ਕਿੰਤੂ ਪਰੰਤੂ ਹੋਣਾ ਵੀ ਦਿਖਾਈ ਦੇ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਸਿੱਧਾ ਕਮਾਨ ਅਰਵਿੰਦ ਕੇਜਰੀਵਾਲ 'ਤੇ ਖੋਲ ਦਿੱਤਾ ਗਿਆ ਹੈ। ਪਹਿਲਾਂ ਤੁਹਾਨੂੰ ਅਰਵਿੰਦ ਕੇਜਰੀਵਾਲ ਦਾ ਉਹ ਬਿਆਨ ਸੁਣਾ ਦਿੰਦੇ ਹਾਂ, ਅਰਵਿੰਦ ਕੇਜਰੀਵਾਲ ਦਾ ਉਹ ਡੋਰ ਟੂ ਡੋਰ ਬਿਆਨ ਸੁਣਾ ਦਿੰਦੇ ਹਾਂ ਜੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਦਿੱਤਾ ਗਿਆ। ਅਭੀ ਮੈਂ ਭਗਵੰਤ ਮਾਨ ਸਾਹਿਬ, ਅਭੀ ਹਮ ਖਰੜ ਹਲਕੇ ਮੇਂ ਆਏ ਹੋਏ ਹਾਂ। ਹਮਾਰੀ ਕੈਂਡੀਡੇਟ ਹੈ ਅਨਮੋਲ ਗਗਨ ਮਾਨ। ਯਹਾਂ ਸੇ ਯਹਾਂ ਪੇ ਹਮਨੇ ਡੋਰ ਟੂ ਡੋਰ ਕੈਂਪੇਨ ਕੀਆ, ਇੱਕ ਇੱਕ ਅੱਗੇ ਘਰ ਜਾ ਕੇ ਹਮ ਲੋਗੋਂ ਨੇ ਲੋਗੋਂ ਸੇ ਬਾਤ ਕੀ। ਲੋਕ ਬਹੁਤ ਦੁਖੀ ਹੈ ਔਰ ਲੋਕ ਬਦਲਾਵ ਚਾਹਤੇ ਹੈ। ਦੋਨੋਂ ਪਾਰਟੀਓਂ ਸੇ ਤੰਗ ਆ ਚੁੱਕੇ ਹੈ ਔਰ ਇਸ ਬਾਰ ਸਭ ਮਨ ਬਣਾ ਚੁੱਕੇ ਹੈ ਕਿ ਇਸ ਬਾਰ ਬਦਲਾਵ ਹੋਗਾ। ਅਭੀ ਹਮਨੇ ਕਈ ਘਰ ਕੀਏ, ਮੁਝੇ ਤੋ ਲਗਤਾ 100% ਲੋਗੋਂ ਨੇ ਆਮ ਆਦਮੀ ਪਾਰਟੀ ਕੋ ਸਮਰਥਨ ਕਰਨੇ ਕਾ ਪ੍ਰੋਮਿਸ ਕੀਆ ਹੈ ਔਰ ਮੈਂ ਆਜ ਸਾਰੇ ਆਪਣੇ ਪੰਜਾਬ ਕੇ ਸਾਰੇ ਵਾਲੰਟੀਅਰਸ ਕੋ ਵੀ ਕਹਿਣਾ ਚਾਹੂੰਗਾ ਕਿ ਮੈਨੇ ਭਗਵੰਤ ਮਾਨ ਨੇ ਹਮ ਦੋਨੋਂ ਨੇ ਵੀ ਡੋਰ ਟੂ ਡੋਰ ਚਾਲੂ ਕਰ ਦਿਆ। ਅਬ ਕਿਸੀ ਵੀ ਵਾਲੰਟੀਅਰ ਕੋ ਆਪਣੇ ਘਰ ਨਹੀਂ ਬੈਠਣਾ, ਚੁਣਾਵ ਤੱਕ ਸਭ ਲੋਕੋਂ ਨੇ ਡੋਰ ਟੂ ਡੋਰ ਜਾ ਕੇ ਇੱਕ ਘਰ ਜਾਣਾ ਹੈ, ਸਭ ਲੋਕੋਂ ਕੋ ਉਸੇ ਬਾਤ ਕਰਨੀ ਹੈ ਔਰ ਸਭ ਲੋਕੋਂ ਕੋ ਆਮ ਆਦਮੀ ਪਾਰਟੀ ਕੋ ਵੋਟ ਦੇਣੇ ਕੇ ਲਿਏ ਪ੍ਰੇਰਿਤ ਕਰ। ਸ਼ਿਕਸ਼ਾ ਆਪਕੇ 10 ਪੁਆਇੰਟ ਏਜੰਡੇ ਮੇਂ ਇੱਕ ਮਹੱਤਵਪੂਰਨ ਮੁੱਦਾ ਹੈ, ਜੈਸਾ ਅੱਜ ਆਪਨੇ ਬਤਾਇਆ ਵੀ ਆਪ ਯਹਾਂ ਪੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਥੇ, ਸਕੂਲ ਕੀ ਕੁਛ ਟੀਚਰਸ ਨੇ ਆਪਕੋ ਬੁਲਾਇਆ, ਕਿਆ ਕੁਛ ਬਾਤਚੀਤ ਹੋਈ? ਤੋ ਵੋ ਟੀਚਰਸ ਕਹਿ ਰਹੀ ਹੈ ਉਨਕੋ 6,000 ਰੁਪਏ ਮਿਲਤੇ ਹੈ, ਤੋ 6,000 ਰੁਪਏ ਤੋ ਮਿਨੀਮਮ ਵੇਜ ਵੀ ਨਹੀਂ ਹੋਤਾ। ਇੱਕ ਟੀਚਰ ਕੋ ਇੱਜ਼ਤ ਤੋ ਮਿਲਣੀ ਚਾਹੀਏ, ਉਸਕੋ ਇੱਜ਼ਤ ਕੇ ਹਿਸਾਬ ਸੇ ਤਨਖਾਹ ਵੀ ਮਿਲਣੀ ਚਾਹੀਏ। ਯੇ ਤੋ ਗਲਤ ਬਾਤ ਹੈ। ਦਿੱਲੀ ਮੇਂ ਗੈਸਟ ਟੀਚਰਸ ਹੈ ਜੋ ਹਮਾਰੇ, ਵੋ ਗੈਸਟ ਟੀਚਰਸ ਕੋ ਵੀ 36,000 ਰੁਪਏ ਹਮ ਲੋਕ ਦੇਤੇ ਹੈ। ਤੋ ਟੀਚਰਸ ਕੋ ਪੂਰੀ ਤਨਖਾਹ ਦੇਂਗੇ, ਟੀਚਰਸ ਕੋ ਸਨਮਾਨ ਦੇਂਗੇ ਔਰ ਯਹੀ ਟੀਚਰਸ ਆਗੇ ਹਮਾਰੇ ਬੱਚੋਂ ਕੋ ਪੜ੍ਹਾਏਂਗੀ, ਤਭੀ ਤੋ ਪੜ੍ਹਾਏਂਗੀ। ਅਗਰ ਟੀਚਰਸ ਖੁਸ਼ ਹੋਣਗੇ ਤਭੀ ਬੱਚੋਂ ਕੋ ਅੱਛਾ ਪੜ੍ਹਾਏਂਗੇ। ਸੋ ਤੁਸੀਂ ਸੁਣਿਆ, ਅਰਵਿੰਦ ਕੇਜਰੀਵਾਲ ਵੱਲੋਂ ਡੋਰ ਟੂ ਡੋਰ ਕੰਪੇਨਿੰਗ ਕੀਤੀ ਗਈ। ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਓ ਤਾਂ ਜੋ ਅਸੀਂ ਲੋਕਾਂ ਦੀ ਮਦਦ ਕਰ ਸਕੀਏ। ਉੱਥੇ ਹੀ ਹੁਣ ਅਰਵਿੰਦ ਕੇਜਰੀਵਾਲ ਦਾ ਵਿਰੋਧ ਹੋਣਾ ਵੀ ਦਿਖਾਈ ਦੇ ਰਿਹਾ। ਰਾਜ ਕੁਮਾਰ ਵੇਰਕਾ ਵੱਲੋਂ ਸਿੱਧੀ ਕਮਾਨ ਅਰਵਿੰਦ ਕੇਜਰੀਵਾਲ 'ਤੇ ਖੋਲ ਦਿੱਤੀ ਗਈ ਹੈ। ਉਹ ਤਾਂ ਕੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਨੇ ਕੋਰੋਨਾ ਲੈ ਕੇ ਆਉਂਦੇ ਨੇ, ਕੀ ਕੁਛ ਕਿਹਾ ਰਾਜ ਕੁਮਾਰ ਵੇਰਕਾ ਨੇ, ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਬਈ ਮੈਂ ਸਮਝਤਾ ਹੂੰ ਕਿ ਕੇਜਰੀਵਾਲ ਜਬ ਵੀ ਆਤੇ ਹੈ ਕੋਰੋਨਾ ਫੈਲਾ ਕਰਕੇ ਜਾਤੇ ਹੈ, ਜਬ ਪਹਿਲੇ ਵੀ ਆਏ ਥੇ ਔਰ ਖੁਦ ਵੀ ਕੋਰੋਨਾ ਉਹਨੇ ਹੁਆ ਹੈ ਔਰ ਆਜ ਇਲੈਕਸ਼ਨ ਕਮਿਸ਼ਨ ਕੀ ਗਾਈਡਲਾਈਨੋਂ ਕੇ ਖਿਲਾਫ, ਜਬਕਿ ਇਲੈਕਸ਼ਨ ਕਮਿਸ਼ਨ ਨੇ ਕਹਾ ਹੈ ਕਿ 15 ਤਰੀਕ ਤੱਕ ਕੋਈ ਵੀ ਪੋਲੀਟੀਕਲ ਪਾਰਟੀ ਕਿਸੀ ਵੀ ਤਰ੍ਹਾਂ ਕਾ ਪ੍ਰਚਾਰ ਨਾ ਕਰੇ, ਉਸਕੇ ਉੱਪਰ ਬੈਨ ਕੀਆ ਹੁਆ ਹੈ। ਇਲੈਕਸ਼ਨ ਕਮਿਸ਼ਨ ਸੇ ਕਾਂਗਰਸ ਪਾਰਟੀ ਮੰਗ ਕਰਤੀ ਹੈ ਕਿ ਆਮ ਆਦਮੀ ਪਾਰਟੀ ਕੇ ਖਿਲਾਫ ਕਾਰਵਾਈ ਕਰੇ, ਉਹਨੇ ਨੋਟਿਸ ਜਾਰੀ ਕਰੇ ਔਰ ਉਨਕੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਏ। ਸੋ ਤੁਸੀਂ ਸੁਣਿਆ, ਇੱਕ ਪਾਸੇ ਅਰਵਿੰਦ ਕੇਜਰੀਵਾਲ ਵੱਲੋਂ ਡੋਰ ਟੂ ਡੋਰ ਕੰਪੇਨਿੰਗ ਕੀਤੀ ਜਾ ਰਹੀ ਹੈ, ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਬਦਲਾਅ ਲੈ ਕੇ ਆਓ, ਪੰਜਾਬ ਦੇ ਵਿੱਚ ਬਦਲਾਅ ਦੀ ਜ਼ਰੂਰਤ ਹੈ ਕਿਉਂਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਜੋ ਹਾਲ ਕੀਤਾ ਹੈ ਉਹ ਉਹਨਾਂ ਦੇ ਸਾਹਮਣੇ ਹੀ। ਉੱਥੇ ਹੀ ਰਾਜ ਕੁਮਾਰ ਵੇਰਕਾ ਵੱਲੋਂ ਉਹਨਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਉਹਨਾਂ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ। ਉੱਥੇ ਹੀ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਇੱਕ ਪਾਸੇ ਤਾਂ ਚੋਣ ਕਮਿਸ਼ਨ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਉਣ ਵਾਲੀਆਂ ਜੋ ਚੋਣਾਂ ਨੇ ਉਹਨਾਂ ਦੇ ਤਹਿਤ ਕੋਰੋਨਾ ਮਹਾਂਮਾਰੀ ਦੇ ਡਰ ਤੋਂ ਸਿਹਤ ਸੁਭਾਵਾਂ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਕਾਫ਼ੀ ਜ਼ਿਆਦਾ ਸਖ਼ਤ ਨੋਟਿਸ ਵੀ ਲਿੱਤੇ ਜਾਣਗੇ, ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ। ਉੱਥੇ ਹੀ ਜਿਵੇਂ ਰਾਜ ਕੁਮਾਰ ਵੇਰਕਾ ਵੱਲੋਂ ਅਪੀਲ ਕੀਤੀ ਗਈ ਹੈ ਚੋਣ ਕਮਿਸ਼ਨ ਨੂੰ, ਇਹ ਵੀ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਵੱਲੋਂ ਨੱਥ ਪਾਈ ਜਾਂਦੀ ਹੈ ਜਾਂ ਨਹੀਂ ਚੋਣ ਕਮਿਸ਼ਨ ਵੱਲੋਂ, ਭਾਵ ਅਰਵਿੰਦ ਕੇਜਰੀਵਾਲ 'ਤੇ ਕੋਈ ਸ਼ਿਕੰਜਾ ਕੱਸਿਆ ਜਾਂਦਾ ਹੈ ਜਾਂ ਨਹੀਂ।